ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰੂਪ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਬਰ। ਫਗਵਾੜਾ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਵੱਲੋਂ ਰੋਡ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਤਹਿਤ ਚਲਾਈ ਗਈ ਮੁਹਿੰਮ ਦੇ ਚੱਲਦਿਆਂ ਅੱਜ ਸਿਨੇਮਾ ਰੋਡ ਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਦੁਕਾਨਦਾਰਾਂ ਨੂੰ ਇਸ ਸੰਬੰਧੀ ਹਦਾਇਤਾਂ ਵੀ ਦਿੱਤੀਆਂ ਗਈਆਂ। ਫਗਵਾੜਾ ਵਿਖੇ ਦੁਕਾਨਦਾਰਾਂ ਵੱਲੋਂ ਰੋਡ ਤੇ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕਰਨ ਕਾਰਨ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਨਗਰ ਨਿਗਮ ਫਗਵਾੜਾ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਵੱਖ ਵੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਨਗਰ ਨਿਗਮ ਅਧਿਕਾਰੀ ਨੇ ਕਿਹਾ ਹੈ ਕਿ ਨਗਰ ਨਿਗਮ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਫਗਵਾੜਾ ਦੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕੀਤੇ ਗਏ ਕਬਜ਼ੇ ਹਟਾਏ ਗਏ ਅਤੇ ਦੁਕਾਨਾਂ ਦਾ ਸਮਾਨ ਵੀ ਰੋਡ ਤੋਂ ਚੁਕਵਾਇਆ ਗਿਆ। ਉਹਨਾਂ ਕਿਹਾ ਹੈ ਕਿ ਦੁਕਾਨਦਾਰਾਂ ਨੂੰ 1 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਨ੍ਹਾਂ ਦੁਕਾਨਦਾਰਾਂ ਨੇ ਦਿੱਤੇ ਸਮੇਂ ਤੱਕ ਸਮਾਨ ਨਹੀਂ ਹਟਾਇਆ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦਿਸ਼ਾ ਨਿਰਦੇਸ਼ਾਂ ਦੀ ਜਿਹੜੀ ਅਸੀਂ ਪਾਲਣਾ ਕਰਦੇ ਹੋਏ ਅੱਜ ਅਸੀਂ ਅਤੇ ਜਿਹੜੇ ਦੁਕਾਨਦਾਰਾਂ ਨੇ ਬਾਹਰ ਸਮਾਨ ਰੱਖਿਆ ਉਹਨੂੰ ਚੱਕਣ ਦੇ ਅੰਦਰ ਕਰਾਉਣ ਵਾਸਤੇ ਆਏ ਹਾਂ। ਇਹਨਾਂ ਨੂੰ 1 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਕਿ 1 ਤਰੀਕ ਤੋਂ ਬਾਅਦ ਤੁਹਾਡਾ ਸਮਾਨ ਜਿਹੜਾ ਹੈ ਜ਼ਬਤ ਕਰ ਲਿਆ ਜਾਏਗਾ। 1 ਤਰੀਕ ਤੋਂ ਬਾਅਦ ਅੱਜ ਪਹਿਲੀ ਵਾਰੀ ਅਸੀਂ ਆਏ ਹਾਂ ਅਤੇ ਦੁਕਾਨਦਾਰਾਂ ਦਾ ਸਮਾਨ ਜਿਹੜਾ ਦੇਖਿਆ ਜਿਸ ਬਾਜ਼ਾਰ ਜਾ ਰਹੇ ਹਾਂ ਸਮਾਨ ਕਾਫੀ ਹੱਦ ਤੱਕ ਅੰਦਰ ਵੀ ਕੀਤਾ ਹੋਇਆ ਹੈ ਅਤੇ ਅੱਗੇ ਤੋਂ ਵੀ ਉਹਨਾਂ ਨੂੰ ਇਹ ਕਰਦੇ ਹਾਂ ਕਿ ਇਸੇ ਤਰ੍ਹਾਂ ਹੋਰ ਵੀ ਜਿਹੜੀ ਯੈਲੋ ਲਾਈਨ ਆ ਉਹਦੇ ਅੰਦਰ ਹੀ ਸਮਾਨ ਰੱਖਣ, ਬਾਹਰ ਨਾ ਰੱਖਣ। ਦੁਬਾਰਾ ਅਸੀਂ ਜਦੋਂ ਆਵਾਂਗੇ ਤਾਂ ਸਮਾਨ ਜਿਹੜਾ ਜ਼ਬਤ ਕੀਤਾ ਜਾਏਗਾ, ਤੁਹਾਨੂੰ ਵਾਪਸ ਨਹੀਂ ਕੀਤਾ ਜਾਏਗਾ। ਪਹਿਲਾਂ ਵੀ ਆਪਣੇ ਕਮਿਸ਼ਨਰ ਸਾਹਿਬ ਨੇ ਬਾਜ਼ਾਰ ਵਾਲਿਆਂ ਨੇ 2 ਵਾਰੀ ਮੀਟਿੰਗ ਹੋ ਚੁੱਕੀ ਹੈ, ਅਨਾਊਂਸਮੈਂਟ ਵੀ ਬਾਜ਼ਾਰ ਤੋਂ ਚੁੱਕੀ ਆ, ਉਸਦੇ ਬਾਵਜੂਦ ਦੁਬਾਰਾ ਫਿਰ ਅੱਜ ਦੁਬਾਰਾ ਸਿਰਫ ਵਾਰਨਿੰਗ ਹੀ ਦਿੱਤੀ ਜਾ ਰਹੀ ਹੈ। ਵਾਰਨਿੰਗ ਨਹੀਂ, ਸਮਾਨ ਨਹੀਂ ਚੱਕਿਆ ਜਾ ਰਿਹਾ। ਇਹ ਕਿੰਨੇ ਦਿਨ ਤੱਕ ਮੁਹਿੰਮ ਜਾਰੀ ਰਹੂਗੀ? ਇਹ ਖਾਨਾ ਪੂਰਤੀ ਹੈ ਜਾਂ ਮੁਹਿੰਮ? ਇਹ ਨਹੀਂ, ਮੁਹਿੰਮ ਚੱਲੇਗੀ, ਲਗਾਤਾਰ ਚੱਲਦੀ। ਔਰ ਇਹਦੀ ਕੀ ਗਰੰਟੀ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਦੁਬਾਰਾ ਇਹ ਸਮਾਨ ਬਾਜ਼ਾਰਾਂ ਵਿੱਚ ਨਹੀਂ ਆਊਗਾ? ਅਸੀਂ ਦੁਬਾਰਾ ਬਾਜ਼ਾਰ 'ਚ ਜਿਹੜੇ ਬਾਜ਼ਾਰ 'ਚ ਜਾ ਕੇ ਆਏ ਦੁਬਾਰਾ ਫਿਰ ਕਿਹੜਾ ਮਾਰ ਜਾ ਰਹੇ? ਦੁਬਾਰਾ ਉਹੀ ਹਾਲ ਰਹਿੰਦਾ, ਮੁੜ ਕੇ ਨਗਰ ਨਿਗਮ ਵੀ ਮਹੀਨਾ 2 ਮਹੀਨਾ ਸੁੱਤਾ ਰਹਿੰਦਾ, ਕੋਈ ਟੀਮ ਨੀ ਆਉਂਦੀ, ਕੋਈ ਪੁੱਛਦਾ ਕਿਦਾਂ ਨਹੀਂ? ਹੁਣ ਇਹ ਲਗਾਤਾਰ ਚਾਹੀਦਾ, ਲਗਾਤਾਰ ਜਿਹੜਾ ਜਬਤ ਸਮਾਨ ਹੋਊਗਾ ਕਿਆ ਵਾਪਸ ਮਿਲੂਗਾ ਉਹਨਾਂ ਨੂੰ ਦੁਬਾਰਾ? ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ, ਇਸ ਨਾਲ ਬਾਜ਼ਾਰ ਵਿੱਚ ਆਉਣ ਵਾਲੇ ਲੋਕਾਂ ਨੂੰ ਆਸਾਨੀ ਹੋਵੇਗੀ ਤੇ ਬਾਜ਼ਾਰ ਵੀ ਵਧੀਆ ਦਿਖਾਈ ਦੇਵੇਗਾ। ਉਹਨਾਂ ਕਿਹਾ ਹੈ ਕਿ ਸਾਰੇ ਦੁਕਾਨਦਾਰਾਂ ਨੂੰ ਨਗਰ ਨਿਗਮ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਦੁਕਾਨਾਂ ਦਾ ਸਮਾਨ ਤਾਂ ਹਟਾਇਆ ਗਿਆ ਸੀ, ਪਰ ਉਹਨਾਂ ਦੇ ਜਾਣ ਤੋਂ ਠੀਕ ਕੁਝ ਸਮੇਂ ਬਾਅਦ ਦੁਕਾਨਦਾਰਾਂ ਨੇ ਦੁਬਾਰਾ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਲਗਾ ਦਿੱਤਾ, ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਾਜ਼ਾਰ ਵਿੱਚ ਭੀੜ ਵੀ ਜ਼ਿਆਦਾ ਹੋ ਜਾਂਦੀ ਹੈ। ਸਰ, ਨਗਰ ਨਿਗਮ ਦੀ ਟੀਮ ਆਈ ਆ ਫਗਵਾੜੇ ਤੋਂ। ਨਾਮ ਬੋਲੋ ਤੇ ਨਾਮ ਬੋਲੋ ਸਰ। ਮੇਰਾ ਨਾਮ ਹਰਜਿੰਦਰ ਕੁਮਾਰ ਆ ਜੀ ਤੇ ਮੇਰੀ ਸਿਨੇਮਾ ਰੋਡ ਤੇ ਦੁਕਾਨ ਆ। ਅੱਜ ਨਗਰ ਨਿਗਮ ਦੀ ਟੀਮ ਆਈ ਫਗਵਾੜੇ ਸਿਨੇਮਾ ਰੋਡ ਤੇ ਦੁਕਾਨ ਜਦੋਂ ਉਹ ਆਏ ਤੇ ਦੁਕਾਨਦਾਰਾਂ ਨੇ ਆਪਣਾ ਸਮਾਨ ਜਾ ਕੇ ਦੁਕਾਨ ਦੇ ਅੰਦਰ ਰੱਖਤਾ, ਪਰ ਬਾਅਦ ਚੋਂ ਫਿਰ ਉੱਥੇ ਹੀ ਉਸੇ ਜਗ੍ਹਾ ਤੇ ਫਿਰ ਆ ਗਿਆ। ਇਹਦੇ ਨਾਲ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਆ ਬਾਜ਼ਾਰ ਦੇ ਵਿੱਚ, ਕਿਉਂਕਿ ਰੱਛ ਪੈ ਜਾਂਦਾ ਆ, ਜਿਵੇਂ ਕਿ ਆਪ ਤੁਸੀਂ ਜਾਣਦੇ ਹੋ ਸਰਾਏ ਰੋਡ ਤੇ ਰੋਜ਼ ਦੀ ਰੋਜ਼ ਉੱਥੇ ਰੱਛ ਪੈਂਦਾ ਆ, ਉੱਥੇ ਵੱਡੀਆਂ ਗੱਡੀਆਂ ਜੋ ਆਉਂਦੀਆਂ ਆ ਬਾਜ਼ਾਰ ਦੇ ਵਿੱਚ ਲੰਘਣਾ ਔਖਾ ਆ, ਇੱਥੋਂ ਤੱਕ ਕਿ ਜਿਹੜਾ ਪੈਦਲ ਤੁਰਦਾ ਆ ਉਹਨੂੰ ਵੀ ਬਹੁਤ ਦਿੱਕਤ ਆਉਂਦੀ ਆ। ਅਤੇ ਅਸੀਂ ਵੀ ਆਪਣੇ ਵੱਲੋਂ ਬਾਜ਼ਾਰ ਵਾਲਿਆਂ ਨੂੰ ਕਈ ਵਾਰ ਕਹਿ ਚੁੱਕੇ ਹਾਂ ਕਿ ਆਪਣਾ ਸਮਾਨ ਪਿੱਛੇ ਰੱਖੋ, ਲੇਕਿਨ ਜੋ ਕਿ ਨਗਰ ਨਿਗਮ ਦੀ ਜੋ ਕਿ ਕਹਿਣਾ ਆ ਉਹ ਕੋਈ ਉਹਨੂੰ ਰੂਲ ਨੂੰ ਕੋਈ ਫੋਲੋ ਨਹੀਂ ਕਰਦਾ, ਇਸ ਕਰਕੇ ਬਹੁਤ ਦਿੱਕਤ ਆਉਂਦੀ ਹੈ। ਜਿਹੜੀ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਉਹਦੇ ਬਾਰੇ ਕੀ ਕਹਿੰਦੇ? ਹਾਂਜੀ, ਕਮਿਸ਼ਨਰ ਸਾਹਿਬ ਨੇ ਬਹੁਤ ਵਧੀਆ ਕੀਤਾ ਸੀ ਕਿ ਉਹਨਾਂ ਨੇ ਮੀਟਿੰਗ ਵੀ ਕੀਤੀ, ਇਕੱਲੇ ਇਕੱਲੇ ਦੁਕਾਨ ਦੇ ਪੰਪਲੇਟ ਵੀ ਉਹਨਾਂ ਨੇ ਦੇਖ ਭੇਜੇ ਆ ਔਰ ਅਨਾਊਂਸਮੈਂਟ ਵੀ ਕਰਵਾਈ ਆ, ਉਹਦਾ ਕੋਈ ਜ਼ਿਆਦਾ ਅਸਰ ਕੋਈ ਦੇਖਣ ਨੂੰ ਨਹੀਂ ਮਿਲਿਆ। ਅੱਜ ਹੀ ਪਹਿਲੀ ਵਾਰ ਕਮੇਟੀ ਵਾਲੇ ਆਏ ਅੱਜ ਤੋਂ ਦੁਕਾਨਾਂ ਸਮਾਨ ਪਿੱਛੇ ਕਰਾ ਕੇ ਗਏ ਆ, ਔਰ ਕੁਛ ਕੁ ਦੁਕਾਨਦਾਰਾਂ ਨੇ ਫਿਰ ਉੱਥੇ ਵੀ ਕਰ ਦਿੱਤਾ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਦੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ। ਸਰ ਜੀ, 1 ਦਸੰਬਰ ਦਾ ਠੀਕ ਹੈ ਜੀ, 1 ਦਸੰਬਰ ਤੋਂ ਬਾਅਦ ਕਹਿੰਦੇ ਸੀਗੇ ਜਿਹੜਾ ਪੀਲੀ ਲਾਈਨ ਤੋਂ ਬਾਹਰ ਹੋਊਗਾ ਉਹਦਾ ਆਪਾਂ ਜੋ ਵੀ ਹੈਗਾ ਇਹਨਾਂ ਨੇ ਕਾਰਵਾਈ ਪਾਣੀ ਸੀਗੀ, ਪਰ ਮੈਂ ਤਾਂ ਚਾਹੁੰਦਾ ਵਾ ਪੂਰਾ ਬਾਜ਼ਾਰ ਜਿਹੜਾ ਪੀਲੀ ਲਾਈਨ ਦੇ ਅੰਦਰ ਆਵੇ ਤਾਂ ਬਾਜ਼ਾਰ ਥੋੜਾ ਵਧੀਆ ਬਣੇ। ਤੇ ਇਹ ਕਿਉਂ ਮਤਲਬ ਕਿ ਇੱਦਾਂ ਕਰਦੇ ਜਿਹੜੇ ਨਗਰ ਨਿਗਮ ਦੀ ਟੀਮ ਦੇ ਆਉਣ ਦੇ ਬਾਵਜੂਦ ਸਮਾਨ ਚੱਕ ਲੈਂਦੇ ਉਸ ਤੋਂ ਬਾਅਦ ਇਹ ਮਤਲਬ ਕਿ ਫੇਰ ਸਮਾਨ ਆਪਣੇ? ਇਹ ਦੇਖੋ ਆਪਣੇ ਉੱਪਰ ਡਿਪੈਂਡ ਆ, ਹੁਣ ਦੇਖੋ ਜਿਹਨੇ ਬਾਜ਼ਾਰ ਦਾ ਆਪਣਾ ਸੁਧਾਰ ਕਰਨਾ ਉਹ ਤਾਂ ਆਪਣੇ ਹੱਥ ਦੇ ਵਿੱਚ ਹੈ, ਠੀਕ ਹੈ ਜੀ। ਅਸੀਂ ਤਾਂ ਚਾਹੁੰਦੇ ਹਾਂ ਸਾਡੇ ਬਾਜ਼ਾਰ ਦਾ ਸੁਧਾਰ ਹੋਵੇ। ਮੈਂ ਸਿਲਮਾ ਰੋਡ ਤੋਂ ਬੋਲਦਾ, ਮੇਰੀ ਆਪਣੀ ਦੁਕਾਨ ਆ ਲਕਸ਼ਮੀ ਬੁਟੀਕ। ਅਸੀਂ ਤਾਂ ਚਾਹੁੰਦੇ ਬਾਜ਼ਾਰ ਦਾ ਸੁਧਾਰ ਹੋਵੇ, ਸਾਰੇ ਇਕਜੁੱਟ ਹੋ ਕੇ ਰਹਿਣ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੇਰਾ ਸੂਰਜ ਸ਼ਰਮਾ। ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮ ਨੇ ਕੁਛ ਦਿਨ ਪਹਿਲਾਂ ਸਾਰੇ ਦੁਕਾਨਦਾਰ ਵੀਰਾਂ ਨੂੰ ਇੱਕ ਇਸ਼ਤਿਹਾਰ ਦੇ ਕੇ ਤੇ ਅਨਾਊਂਸਮੈਂਟ ਕਰਾ ਕੇ
ਸੂਚਿਤ ਕੀਤਾ ਸੀ ਵੀ ਆਪਣਾ ਜਿਹੜਾ ਸਮਾਨ ਹੈ ਯੈਲੋ ਲਾਈਨ ਦੇ ਅੰਦਰ ਕਰ ਲਿਆ ਜਾਵੇ, ਪਰ ਮੇਰੇ ਸਾਰੇ ਸ਼ਹਿਰ ਦੇ ਦੁਕਾਨਦਾਰ ਵੀਰਾਂ ਤੇ ਸ਼ਾਇਦ ਇਸ ਗੱਲ ਦਾ ਅਸਰ ਨਹੀਂ ਹੋਇਆ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵੀ ਉਹ ਆਪਣੀ ਟੀਮ ਨੂੰ ਇੰਨੇ ਕੁ ਪਾਵਨਾ ਦੇ ਦੇਣ ਵੀ ਉਹ ਜਿਹੜਾ ਸਮਾਨ ਯੈਲੋ ਲਾਈਨ ਤੇ ਆਪਣੇ ਦੁਕਾਨਦਾਰ ਵੀਰ ਲੈ ਆਉਣ ਤਾਂ ਕਿ ਜੋ ਲੋਕ ਇਧਰੋਂ ਲੰਘਦੇ ਹੈਗੇ ਆਵਾਜਾਈ ਚ ਵਿਘਨ ਪੈਂਦਾ ਉਹ ਨਾ ਪੈ ਸਕੇ। ਕੁਛ ਦਿਨ ਪਹਿਲਾਂ ਮਤਲਬ ਕਿ ਬਾਜ਼ਾਰ ਦੇ ਪ੍ਰਧਾਨਾਂ ਨੂੰ ਕਮਿਸ਼ਨਰ ਸਾਹਿਬ ਨੇ ਸੱਦਿਆ ਸੀ, ਉਸ ਬਾਰੇ ਆਪਣੀ ਮੀਟਿੰਗ ਦਾ ਕੀ ਮਤਲਬ ਕਿ ਇਹਨਾਂ ਨੇ ਮਤਲਬ ਕਿ ਜਾਇਜ਼ਾ ਲਿੱਤਾ ਸੀਗਾ? ਹਾਂ, ਕਮਿਸ਼ਨਰ ਸਾਹਿਬ ਨੇ ਇਹ ਕਿਹਾ ਸੀ ਵੀ ਜਿਹੜਾ ਇੱਕ ਵਾਰੀ ਤੁਸੀਂ ਰਿਕੁਐਸਟ ਕਰ ਦਿਓ ਸਾਰੇ ਦੁਕਾਨਦਾਰ ਵੀਰਾਂ ਨੂੰ ਤੇ ਨਹੀਂ ਤੇ ਜਿਹੜੀ ਬਣਦੀ ਕਾਨੂੰਨੀ ਵਰਗ ਕਾਰਵਾਈ ਅਸੀਂ ਕਰਾਂਗੇ। ਅਸੀਂ ਉਹ ਆ ਕੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਤੀ ਸੀ ਪਰ ਉਹ ਮੇਰਾ ਸਾਡੀ ਬੇਨਤੀ ਨੂੰ ਨਹੀਂ ਸਵੀਕਾਰ ਕੀਤਾ। ਅੱਜ ਨਗਰ ਨਿਗਮ ਦੀ ਟੀਮ ਨੇ ਬਾਜ਼ਾਰਾਂ 'ਚ ਚੱਕਰ ਲਗਾਇਆ ਪਰ ਉਹਨਾਂ ਦੇ ਜਾਣ ਤੋਂ ਬਾਅਦ ਸਥਿਤੀ ਬਾਜ਼ਾਰਾਂ ਦੀ ਫਿਰ ਉਹੀ ਬਣ ਗਈ ਹੈ ਜੈਸੇ ਥੇ। ਜ਼ਿਕਰਯੋਗ ਹੈ ਕਿ ਹਾਲੇ ਵੀ ਸ਼ਹਿਰ 'ਚ ਕਾਫੀ ਥਾਵਾਂ ਤੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਖਿਲਾਫ਼ ਵੀ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਲੋੜ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।